ਪੜਨ ਵਾਲੇ ਨੇ ਉਹ ਪਲੀ ਪਾਂਤ ਜਾਣੂ ਨੇ ਕਿ ਸਤਿਗੁਰ ਨੇ ਕਿਸੇ ਵੀ ਵਹਿਮ ਭਰਮ ਪਾਖੰਡ ਨੂੰ ਸਵੀਕਾਰ ਨਹੀਂ ਕੀਤਾ। ਹਰ ਤਰ੍ਹਾਂ ਦੇ ਪਾਖੰਡ ਨੂੰ ਸਤਿਗੁਰ ਨੇ ਬਾਣੀ ਦੇ ਵਿੱਚ ਉਹਦਾ ਬਾਈਕਾਟ ਕੀਤਾ, ਖੰਡਨ ਕੀਤਾ। ਹਰ ਤਰ੍ਹਾਂ ਦਾ ਪਾਖੰਡ ਸਤਿਗੁਰ ਨੇ ਬਾਣੀ ਵਿੱਚ ਇੱਥੋਂ ਤੱਕ ਆਖਿਆ ਵੀ ਭੇਖੀ ਸ਼ੋਹ ਨਾ ਪਾਈ ਹੈ, ਸਿਰਫ ਬਾਰਮੁਖੀ ਭੇਖ ਧਾਰਨ ਕਰਨ ਦੇ ਨਾਲ ਕਦੀ ਰੱਬ ਨਾਲ ਸਾਂਝ ਨਹੀਂ ਬਣਦੀ। ਜੇ ਕੋਈ ਇਹ ਆਖੇ ਵੀ ਨਹੀਂ ਮੈਂ ਫਲਾਣੇ ਬੰਦੇ ਵਰਗਾ ਭੇਖ ਬਣਾ ਲਿਆ ਜਿਹੜਾ ਫਲਾਣੇ ਧਰਮ ਨਾਲ ਜੁੜਿਆ ਤੇ ਮੈਂ ਸ਼ਾਇਦ ਰੱਬ ਦੇ ਨੇੜੇ ਹੋ ਗਿਆ, ਸਤਿਗੁਰ ਕਹਿੰਦੇ ਨੇ ਨਹੀਂ, ਭੇਖ ਭਰਮ ਪਾਖੰਡ ਕਿਸੇ ਵੀ ਤਰ੍ਹਾਂ ਦਾ ਹੈ, ਸਤਿਗੁਰ ਨੇ ਬਾਣੀ ਦੇ ਅੰਦਰ ਉਹਨੂੰ ਸਵੀਕਾਰਿਆ ਨਹੀਂ। ਆਪ ਜਪਜੀ ਸਾਹਿਬ ਜੀ ਦੀ ਬਾਣੀ ਵਿੱਚੋਂ ਪਹਿਲੀ ਪੌੜੀ ਦੇ ਜਦੋਂ ਦਰਸ਼ਨ ਕਰਦੇ ਉਹਨਾਂ ਪਹਿਲੀ ਪੌੜੀ ਦੇ, ਉਸ ਪਹਿਲੀ ਪੌੜੀ ਦੇ ਅੰਦਰ ਸਤਿਗੁਰ ਨੇ ਪਹਿਲੀ ਪੰਕਤੀ ਦੇ ਅੰਦਰ ਜਿਹੜੇ ਬਚਨ ਆਖੇ ਕਿ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਸੁਚਮਤਾ ਆਪਣੇ ਆਪ ਨੂੰ ਸੁੱਚਾ ਰੱਖਣਾ, ਉਰੇ ਸੋਚਣਾ ਵੀ ਸੁੱਚੇ ਹੋਵਾਂਗੇ ਤੇ ਭਗਤੀ ਹੋਏਗੀ, ਨਹੀਂ ਤੇ ਭਗਤੀ ਨਹੀਂ ਹੋ ਸਕਦੀ। ਇਸੇ ਮੈਂਟੈਲਿਟੀ ਦੇ ਅੰਦਰੋਂ ਤੀਰਥ ਜਨਮ ਲੈਂਦੇ ਨੇ। ਤੀਰਥ ਬੰਦਾ ਤੀਰਥਾਂ ਤੇ ਜਾਂਦਾ ਹੈ, ਉੱਥੇ ਨਹਾਉਂਦਾ ਹੈ। ਉੱਥੇ ਨਹਾਉਣ ਦਾ ਪ੍ਰਯੋਜਨ ਕੀ ਹੈ, ਮਤਲਬ ਕੀ ਹੈ? ਮਤਲਬ ਇਹ ਹੈ ਕਿ ਜਿਹੜੀ ਮੇਰੇ ਅੰਦਰ ਲੱਗੀ ਹੋਈ ਮੈਲ ਹੈ, ਜਿਹੜੇ ਮੇਰੇ ਮਾੜੇ ਕਰਮ ਨੇ ਜਿਹੜੇ ਮੈਂ ਹੁਣ ਤੱਕ ਕੀਤੇ ਨੇ, ਮੇਰੇ ਉਹ ਸਾਰੇ ਮੈਲੇ ਕਰਮ ਧੁੱਲ ਜਾਣਗੇ ਜਦੋਂ ਮੈਂ ਤੀਰਥ ਤੇ ਨਾਵਾਂਗਾ। ਇਹਨੂੰ ਬੰਦੇ ਨੇ ਆਖਿਆ ਸੁਚਮਤਾ। ਸਤਿਗੁਰ ਨੇ ਬਾਣੀ ਵਿੱਚ ਪਹਿਲੀ ਪੰਕਤੀ ਵਿੱਚ ਇੱਕ ਸ਼ਬਦ ਆਖਿਆ, ਬਾਬਾ ਜੀ ਕਹਿੰਦੇ ਨੇ ਸੋਚੈ ਸੋਚ ਨਾ ਹੋਵੇ। ਜੇ ਮੈਂ ਲੱਖ ਤਰ੍ਹਾਂ ਦੀ ਸੁਚਮਤਾ ਵੀ ਰੱਖਾਂ ਤੇ ਆਖਾਂ ਵੀ ਮੈਂ ਸੁੱਚਾ ਹੋ ਗਿਆ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਲੱਖਾਂ ਤਰ੍ਹਾਂ ਦੀ ਸੁਚਮਤਾ ਰੱਖਣ ਦੇ ਨਾਲ ਵੀ ਤੂੰ ਸੁੱਚਾ ਨਹੀਂ ਹੈ। ਇਹਦਾ ਮਤਲਬ ਹੈ ਪਾਤਸ਼ਾਹ ਜੀ ਨੇ ਜਿਹੜੀ ਪਹਿਲੀ ਸੋਚ ਹੈ ਮਨੁੱਖੀ ਜ਼ਹਿਨੀਅਤ ਅੰਦਰ ਧਰਮ ਦੇ ਮਾਰਗ ਤੇ, ਤੀਰਥ ਨਹਾਉਣ, ਤੀਰਥਾਂ ਤੇ ਜਾਣਾ, ਤੀਰਥਾਂ ਤੇ ਇਸ਼ਨਾਨ ਕਰਨਾ। ਕਿਉਂ ਸਾਹਿਬ ਨੇ ਆਖਿਆ ਵੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਪਾਤਸ਼ਾਹ ਜੀ ਨੇ ਬਾਰਮੁਖੀ ਤੀਰਥ ਦਾ ਜ਼ਿਕਰ ਤੇ ਕੀਤਾ ਹੀ ਨਹੀਂ। ਇਹ ਸਾਡੀ ਸੋਚ, ਕਿਉਂਕਿ ਬੋਤਾਤ ਜਿਸ ਪਾਸੇ ਜਾਂਦੀ ਹੈ ਨਾ, ਮਨੁੱਖ ਅਕਸਰ ਬਹੁਤਾਤ ਦੇ ਪਿੱਛੇ, ਭੀੜ ਦੇ ਪਿੱਛੇ ਚੱਲਦਾ। ਤੁਸੀਂ ਦੇਖਦੇ ਹੋ ਜਿਹੜੀ ਵੀ ਸੰਸਾਰ ਦੇ ਅੰਦਰ ਚੀਜ਼ ਦੁਨਿਆਵੀ ਲੋਕਾਂ ਦੀ ਜ਼ਹਿਨ ਵਿੱਚ ਟਿੱਕੀ ਹੈ, ਉਹ ਇਸੇ ਕਰਕੇ ਟਿੱਕੀ ਹੈ ਕਿਉਂਕਿ ਉਹ ਬਹੁਤਾਤ ਲੋਕਾਂ ਦਾ
ਕਰਮ ਬਣ ਗਏ। ਜਦੋਂ ਆਪਾਂ ਟੀਵੀ ਤੇ ਐਡਵਰਟਾਈਜ਼ਮੈਂਟ ਵੇਖਨੇ ਆ, ਜਿਹੜੀ ਚੀਜ਼ ਜਿਹੜਾ ਬ੍ਰਾਂਡ ਕਿਸੇ ਨੇ ਵੇਚਣਾ ਹੁੰਦਾ ਹੈ, ਉਹਦੀ ਉਨੀ ਜ਼ਿਆਦਾ ਐਡਵਰਟਾਈਜ਼ਮੈਂਟ ਹੁੰਦੀ ਉਨੀ ਜ਼ਿਆਦਾ, ਕਿਉਂਕਿ ਜਦੋਂ ਉਹ ਚੀਜ਼ ਜ਼ਿਆਦਾ ਤੋਂ ਜ਼ਿਆਦਾ ਬੰਦੇ ਨੂੰ ਸਕਰੀਨ ਤੇ ਦਿਸਦੀ ਹੈ ਤੇ ਬੰਦਾ ਖਿੱਚਿਆ ਜਾਂਦਾ ਬਾਜ਼ਾਰ ਵਿੱਚ ਜਾ ਕੇ, ਜਦੋਂ ਕਿਸੇ ਚੀਜ਼ ਨੂੰ ਮੰਗਦਾ ਹੈ ਉਹਦੇ ਜ਼ਹਿਨ ਵਿੱਚੋਂ ਬ੍ਰਾਂਡ ਆਉਂਦਾ ਫਿਰ। ਇਸੇ ਤਰ੍ਹਾਂ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਧਰਮ ਦੀ ਦੁਨੀਆ ਵਿੱਚ ਵੇਚੀ ਗਈ ਉਸੇ ਪਰਮ ਉਸੇ ਪਖੰਡ। ਤੇ ਮੈਂ ਇੱਕ ਗੱਲ ਹੋਰ ਕਹਿ ਦਿਆਂ, ਅੱਜ ਦੇ ਸਮੇਂ ਦੇ ਅੰਦਰ ਵੀ ਜੇ ਕਿਸੇ ਬੰਦੇ ਨੂੰ ਬੜੀ ਸਹਿਜਤਾ ਨਾਲ ਆਖੀਏ ਨਾ ਬਈ ਆ ਕਰਮ ਤੂੰ ਕਰਨ ਲੱਗਾ, ਇਹਦੇ ਅੰਦਰ ਕਿਸੇ ਭਰਮ ਪਖੰਡ ਦੀ ਜ਼ਰੂਰਤ ਨਹੀਂ, ਬੜੀ ਸਿੰਪਲ ਜੇ ਤਰੀਕੇ ਨਾਲ, ਬੜੇ ਸੋਹਣੇ ਜੇ ਰਸਤੇ ਨਾਲ, ਜਿਹਦੇ ਅੰਦਰ ਕੋਈ ਭਰਮ ਕੋਈ ਪਖੰਡ ਨਹੀਂ, ਸੱਚ ਬੰਦਾ ਮੰਨਣ ਲਈ ਤਿਆਰ ਨਹੀਂ। ਉਹ ਕਹਿੰਦਾ ਮੈਨੂੰ ਸਵਾਦ ਹੀ ਉਦੋਂ ਆਉਂਦਾ ਜਦੋਂ ਮੈਂ ਭਰਮ ਪਖੰਡ ਕਰਨ। ਜਿਹੜੀ ਚੀਜ਼ ਜਿੰਨੀ ਸਿੰਪਲ ਤਰੀਕੇ ਨਾਲ ਸਮਝਾਈ ਹੈ ਨਾ ਬੰਦੇ ਨੂੰ, ਉਹਨੂੰ ਲੱਗਦਾ ਵੀ ਸ਼ਾਇਦ ਇਹ ਗਲਤ ਹੈ, ਇੰਨਾ ਸੌਖਾ ਰਸਤਾ ਥੋੜ੍ਹਾ ਹੈ ਧਰਮ ਦਾ। ਤੁਸੀਂ ਦੇਖੋ ਨਾ, ਹੁਣ ਮੰਨ ਲਓ ਕਿਸੇ ਨੇ ਆਪਣੇ ਘਰ ਦੇ ਅੰਦਰ ਕੋਈ ਥਾਂ ਲਈ ਮਕਾਨ ਖੜਾ ਕਰਨਾ, ਬਿਲਡਿੰਗ ਬਣਾਉਣੀ, ਜੇ ਉਹ ਗੁਰੂ ਘਰ ਵਿੱਚ ਆਏਗਾ ਤੇ ਆਖੇਗਾ ਭਾਈ ਸਾਹਿਬ ਜੀ ਅਰਦਾਸ ਕਰੋ ਗੁਰੂ ਚਰਨਾਂ ਵਿੱਚ ਵੀ ਇਹ ਜਿਹੜਾ ਕੰਮ ਸ਼ੁਰੂ ਕਰਨ ਲੱਗੇ ਹਾਂ ਇਹ ਸਤਿਗੁਰ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਪੂਰਾ ਹੋ ਜਾਏ। ਕਿੰਨੀ ਸਿੰਪਲ ਗੱਲ, ਗੁਰੂ ਚਰਨਾਂ 'ਚ ਅਰਦਾਸ ਨੇ, ਬੜੇ ਭਰਮ ਨੇ ਬੜੇ ਪਖੜ, ਔਰ ਬੰਦੇ ਨੂੰ ਉਹ ਚੀਜ਼ਾਂ ਬੜੀਆਂ ਸਹੀ ਲੱਗਦੀਆਂ ਨੇ। ਕਿਉਂ? ਕਿਉਂਕਿ ਉਹਨੂੰ ਲੱਗਦਾ ਵੀ ਔਖਾਈ ਵਿੱਚ ਸ਼ਾਇਦ ਰੱਬ ਦੀ ਭਗਤੀ ਹੈ, ਇੰਨੇ ਸੌਖੇ ਢੰਗ ਨਾਲ ਵੀ ਰੱਬ ਅੱਗੇ ਅਰਦਾਸ ਹੋ ਸਕਦੀ, ਇੰਨੇ ਸੌਖੇ ਢੰਗ ਨਾਲ ਵੀ ਹੱਥ ਜੋੜ ਕੇ ਖੜੇ ਹੋ ਜਾਓ, 5 ਮਿੰਟ 'ਚ ਅਰਦਾਸ ਹੋ ਗਈ, ਗੱਲ ਖਤਮ। ਬੰਦਾ ਕਹਿੰਦਾ ਨਹੀਂ, ਆਹ ਰਸਤਾ ਗਲਤ ਹੈ। ਰਸਤਾ ਸਹੀ ਆ ਹੈ ਜਿੱਥੇ ਬੰਦੇ ਨੂੰ 36 ਤਰ੍ਹਾਂ ਦੇ ਪਖੰਡ ਦੱਸੇ ਦਨ, ਜਜਮਾਨ ਆ ਚੀਜ਼ ਲਿਆਓ, ਆ ਲਿਆਓ, ਆ ਲਿਆਓ, ਆ ਲਿਆਓ, ਸਾਰੀਆਂ ਮੰਗਵਾ ਕੇ ਫਿਰ ਭਰਮ ਪਾਲ ਦਿੱਤਾ ਵੀ ਇੱਧਰ ਮੂੰਹ ਕਰਕੇ ਬੈਠੋ, ਇੱਧਰ ਬੈਠੋ, ਫਿਰ 36 ਤਰ੍ਹਾਂ ਦੇ ਤਰੀਕੇ, ਕਿਤੇ ਪੱਤੇ ਮੰਗਵਾਈਏ, ਮੰਗਵਾਓ, ਹੱਦ ਹੋ ਗਈ। ਬੰਦਾ ਕਹਿੰਦਾ ਆਹ ਚੀਜ਼ ਬੜੀ ਸਹੀ ਹੈ, ਪਤਾ ਨਾ ਇਹਦੇ ਅੰਦਰ ਮੇਰੀ ਥੋੜ੍ਹੀ ਸਰੀਰਕ ਊਰਜਾ ਲੱਗ ਗਈ। ਭਰਮ ਜਿੰਨੇ ਜ਼ਿਆਦਾ ਸੰਸਾਰ ਦੇ ਅੰਦਰ ਨੇ, ਮਾਫ਼ ਕਰਨਾ ਇਹ ਇੱਕ ਅੱਜ ਦੇ ਸਮਾਜ ਦੀ ਗੱਲ ਕਰ ਰਿਹਾ ਮੈਂ, ਜਿੱਥੇ ਅਸੀਂ ਆਪਣੇ ਆਪ ਨੂੰ ਸਾਰੇ ਵੈਲ ਐਜੂਕੇਟਡ ਕਹਿੰਦੇ ਹਾਂ, ਪੜ੍ਹੇ ਹੋਏ ਲਿਖੇ ਹੋਏ ਕਹਿੰਦੇ, ਇਹ ਅੱਜ ਸਾਡੀ ਸਾਰਿਆਂ ਦੀ ਗੱਲ ਹੈ। ਅਸੀਂ ਕਦੀ ਮੰਥਨ ਕਰਦੇ ਹੀ ਨਹੀਂ ਵੀ ਇਹਨਾਂ ਚੀਜ਼ਾਂ ਦਾ ਮਤਲਬ ਕੀ ਹੈ, ਕੀ ਮਤਲਬ ਹੈ ਇਹਨਾਂ ਚੀਜ਼ਾਂ ਦਾ। ਹੁਣ ਸਤਿਗੁਰ ਨੇ ਇਹੀ ਗੱਲ ਅੱਜ ਦੇ ਸ਼ਬਦ ਵਿੱਚ ਆਖੀ ਹੈ। ਪਾਤਸ਼ਾਹ ਕਹਿੰਦੇ ਨੇ ਜਿਹੜਾ ਭਰਮ ਹੈ ਨਾ ਤਨ ਨੂੰ ਦੁੱਖ ਦੇਣਾ, ਇੱਕ ਸ਼ਬਦ ਬਾਬਾ ਫਰੀਦ ਸਾਹਿਬ ਜੀ ਦਾ, ਆ ਜਿਹੜਾ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ, ਇਸੇ ਤਰਜ ਤੇ ਸ਼ਬਦ ਬਾਬਾ ਫਰੀਦ ਸਾਹਿਬ ਜੀ ਦਾ, ਪਰ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਤਨ ਤਪੈ ਤਨੂਰ ਜਿਉ, ਤਨੂਰ ਕਹਿੰਦੇ ਨੇ ਤੰਦੂਰ ਨੂੰ, ਤੰਦੂਰ ਵਿੱਚ ਦੇਖਿਆ ਨਾ ਰੋਟੀ ਲੱਗਦੀ ਲੱਗਦੀ, ਬਾਬਾ ਜੀ ਕਹਿੰਦੇ ਨੇ ਜਿਵੇਂ ਤੰਦੂਰ ਤਪਦਾ, ਜਦੋਂ ਤੰਦੂਰ ਗਰਮ ਹੋ ਜਾਂਦਾ ਹੈ ਫਿਰ ਉਹਦੇ ਅੰਦਰ ਰੋਟੀ ਲਾਉਣ ਵਾਲਾ ਉਹਦੇ ਅੰਦਰ ਰੋਟੀ ਲਾਉਂਦਾ, ਠੰਡੇ ਤੰਦੂਰ ਦੇ ਵਿੱਚ ਨਹੀਂ ਲਾਉਂਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਤਨ ਨੂਰ ਜਿਉ, ਮੈਂ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾਵਾਂ। ਤੁਸੀਂ ਦੇਖਿਓ ਨਾ, ਤਪ ਕਰਦੇ ਵੇਖਿਓ ਨੇ ਲੋਕ, ਸਾਧੂ ਸਾਧੂ
ਬੜੇ ਵੇਖੇ ਹੋਣਗੇ ਤੁਸੀਂ ਜਿਹੜੇ ਤਪ ਕਰ ਰਹੇ ਹੋ, ਬੜੀ ਗਰਮੀ ਅੱਤ ਦੀ ਗਰਮੀ ਵਿੱਚ ਵੀ ਧੁਨੀ ਬਾਲ ਕੇ ਬੈਠਾ ਹੋਇਆ, ਆੜ ਸਾੜ ਦੇ ਮਹੀਨੇ ਵਿੱਚ ਸੂਰਜ ਤਪ ਰਿਹਾ 47 ਡਿਗਰੀ ਟੈਂਪਰੇਚਰਾਂ ਦੇ ਵਿੱਚ ਵੀ ਧੁਨੀ ਬਾਲ ਕੇ ਬੈਠਾ ਹੋਇਆ। ਪੁੱਛਿਆ ਜਾਏ ਵੀ ਮੂਰਖਾ ਇੰਨੀ ਤਪਦੀ ਤਪਦੀ ਗਰਮੀ ਵਿੱਚ ਧੁਨੀ ਬਾਲ ਕੇ ਬੈਠਾ ਕਿਉਂ ਬੈਠਾ? ਰੱਬ ਨੂੰ ਖੁਸ਼ ਕਰ ਰਿਹਾ। ਸਤਿਗੁਰ ਕਹਿੰਦੇ ਨੇ ਰੱਬ ਇੰਜ ਖੁਸ਼ ਹੁੰਦਾ। ਤੁਸੀਂ ਦੇਖਿਆ ਹੋਣਾ ਸਾਡੇ, ਅਸੀਂ ਪੁਰਾਣੇ ਸੀਰੀਅਲ ਜਦੋਂ ਵੇਖਦੇ ਹਾਂ ਨਾ ਵੀ ਰੱਬ ਨੂੰ ਖੁਸ਼ ਕਰਨ ਦੇ ਲਈ, ਅਸੀਂ ਸੁਣਿਆ ਵੀ ਰਾਵਣ ਨੇ 10 ਵਾਰ ਆਪਣਾ ਸਿਰ ਦਿੱਤਾ। ਇਹ ਚੀਜ਼ਾਂ ਸਾਡੇ ਜੀਵਨ ਵਿੱਚ ਜ਼ਹਿਨੀਅਤ ਦੇ ਅੰਦਰ ਐਸੀਆਂ ਭਰ ਦਿੱਤੀਆਂ ਗਈਆਂ, ਕੋਈ ਕਿਸੇ ਤਰ੍ਹਾਂ ਦੀ ਚੀਜ਼ਾਂ ਦਾਨ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦੀਆਂ ਚੀਜ਼ਾਂ ਦੇ ਰਿਹਾ ਵੀ ਇਹਨਾਂ ਚੀਜ਼ਾਂ ਨਾਲ ਮੈਨੂੰ ਮਿਲ ਜਾਏ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਤਨ ਤਪੈ ਤਨੂਰ ਜਿਉ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਹੇ ਰੱਬਾ ਮੈਂ ਆਪਣੇ ਸਰੀਰ ਨੂੰ ਤੰਦੂਰ ਦੀ ਤਰ੍ਹਾਂ ਤਪਾ ਲਵਾਂ, ਅਤ ਗਰਮੀ ਦੇ ਵਿੱਚ ਬੈਠਾ। ਤਨ ਤਪੈ ਤਨੂਰ ਜਿਉ, ਜਿਹੜੇ ਮੇਰੀਆਂ ਹੱਡੀਆਂ ਨੇ ਨਾ ਤੰਦੂਰ ਵਿੱਚ ਬਾਲਣ ਪਾਏ, ਜਦੋਂ ਆਪਾਂ ਚੁੱਲ੍ਹੇ ਵਿੱਚ ਬਾਲਣ ਬਾਲਨੇ ਆ, ਅੱਜ ਕੱਲ ਤੇ ਸਾਡੇ ਕੋਲ ਫੈਸਿਲਿਟੀਜ਼ ਨੇ, ਘਰ ਦੇ ਅੰਦਰ ਰਸੋਈ ਵਿੱਚ ਗੈਸ ਹੈ ਨਾ, ਸਾਨੂੰ ਪਤਾ ਬਾਲਣ ਬਾਲਣਾ ਕੀ ਹੁੰਦਾ। ਚੁੱਲ੍ਹੇ ਦੇ ਵਿੱਚ ਜਦੋਂ ਬਾਲਣ ਬਾਲਿਆ ਜਾਂਦਾ ਨਾ, ਲੱਕੜਾਂ ਬਾਲੀਆਂ ਜਾਂਦੀਆਂ ਨੇ, ਤੇ ਬਾਬਾ ਜੀ ਕਹਿੰਦੇ ਨੇ ਉਹ ਬਲਦੀਆਂ ਨੇ ਤੇ ਉਹਨਾਂ ਦਾ ਸੇਕ ਜਿਹੜਾ ਉਹਦੇ ਨਾਲ ਚੁੱਲ੍ਹਾ ਤਪਦਾ। ਬਾਬਾ ਜੀ ਕਹਿੰਦੇ ਨੇ ਜਿਹੜੀਆਂ ਮੇਰੀਆਂ ਹੱਡੀਆਂ ਨੇ ਨਾ, ਇਹ ਬਾਲਣ ਦੀ ਤਰ੍ਹਾਂ ਬਲਣ ਬਲਣ, ਜਦੋਂ ਅੱਗ ਬਲੇ ਨਾ ਸੇਕ ਲੱਗਦਾ ਜਿਵੇਂ। ਬਾਬਾ ਜੀ ਕਹਿੰਦੇ ਨੇ, ਤਨ ਤਪੈ ਤਨੂਰ ਜਿਉ, ਬਾਲਣ ਹੱਡ ਬਲਨ, ਮੇਰੀਆਂ ਹੱਡੀਆਂ ਬਾਲਣ ਦੀ ਤਰ੍ਹਾਂ ਬਲਣ। ਤੇ ਅਗਲਾ ਬਚਨ ਕਹਿੰਦੇ ਨੇ, ਸਪੈਰੀ ਥੱਕਾਂ ਮੈਂ ਰੱਬ ਜੀ ਤੁਹਾਡੇ ਘਰ ਤੱਕ ਜਾਣ ਦੇ ਲਈ ਪੈਰਾਂ ਨਾਲ ਤੁਰਾਂ ਔਰ ਤੁਰਦਾ ਹੀ ਰਵਾਂ, ਇੰਨਾ ਲੰਮਾ ਪੈਂਡਾ ਤੈਅ ਕਰ ਲਵਾਂ ਵੀ ਮੈਨੂੰ ਕੋਈ ਆਖੇ ਫਲਾਣੀ ਥਾਂ ਤੇ ਮੈਂ ਤੁਰਿਆ ਹੀ ਜਾਵਾਂ, ਪੈਰੀ ਥੱਕਾਂ ਤੇ ਤੁਰਦਾ ਤੁਰਦਾ ਥੱਕ ਜਾਵਾਂ, ਇੰਨਾ ਤੁਰਾਂ ਵੀ ਮੈਂ ਥੱਕ ਜਾਵਾਂ, ਪੈਰੀ ਥੱਕਾਂ ਸਿਰ ਜੁੱਲਾਂ, ਤੇ ਜਦੋਂ ਮੈਂ ਪੈਰਾਂ ਤੋਂ ਥੱਕ ਜਾਵਾਂ ਫਿਰ ਮੈਂ ਸਿਰ ਦੇ ਭਾਰ ਚੱਲਣਾ ਸ਼ੁਰੂ ਕਰ ਦਿਆਂ। ਧਿਆਨ ਦੇਣਾ, ਪੈਰ ਲੱਤਾਂ ਉੱਪਰ, ਸਿਰ ਥੱਲੇ। ਜੇ ਮੈਂ ਪੈਰਾਂ ਨਾਲ ਥੱਕ ਜਾਵਾਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਪੈਰੀ ਥੱਕਾਂ ਸਿਰ ਜੁੱਲਾਂ। ਤੁਸੀਂ ਦੇਖਿਆ ਹੋਣਾ ਕਈ ਬੰਦੇ ਫਲਾਣੀ ਥਾਂ ਤੇ ਜਾਣਾ, ਉਹਨੇ ਮਿੱਥੇ ਹੈ ਵੀ ਮੈਂ ਫਲਾਣੀ ਥਾਂ ਤੇ ਜਾਣਾ ਹੈ, ਤੇ ਉਹ ਕਿਵੇਂ ਜਾ ਰਿਹਾ, ਉਹ ਰਿੜ ਕੇ ਜਾ ਰਿਹਾ। ਕਈ ਤੁਸੀਂ ਦੇਖਿਆ ਹੋਣਾ ਡੰਡੋਤ ਕਰਦੇ ਨੇ, ਜਿੱਥੇ ਹੱਥ ਆਇਆ ਉੱਥੇ ਲਕੀਰ ਮਾਰਨਗੇ, ਉੱਥੋਂ ਫਿਰ ਪੈਰ ਰੱਖਣਗੇ, ਫਿਰ ਅੱਗੇ ਡੰਡੋਤ ਕਰਨਗੇ, ਫਿਰ ਲਕੀਰ ਮਾਰਨਗੇ, ਫਿਰ ਅੱਗੇ ਚੱਲਣਗੇ, ਕਈ ਕਈ ਸਾਲ ਤੁਰੇ ਜਾਂਦੇ ਨੇ ਇਸੇ ਤਰ੍ਹਾਂ। ਉਹ ਕਹਿੰਦੇ ਨੇ ਬੜੀ ਵੱਡੀ ਭਗਤੀ ਕਰ ਲਈ ਅਸੀਂ, ਸਤਿਗੁਰ ਕਹਿੰਦੇ ਨੇ ਭਗਤੀ ਥੋੜਾ ਹੈ। ਜੇ ਇਹਨਾਂ ਚੀਜ਼ਾਂ ਦੇ ਨਾਲ ਰੱਬ ਮਿਲਦਾ ਹੋਵੇ, ਇੱਕ ਬੜਾ ਪਿਆਰਾ ਸ਼ਬਦ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੇਕਰ ਸੱਚ ਵਿੱਚ ਇਹਨਾਂ ਚੀਜ਼ਾਂ ਨਾਲ ਰੱਬ ਮਿਲੇ। ਬਾਬਾ ਜੀ ਕਹਿੰਦੇ ਨੇ, ਵਾਲ ਵਧਾਇਆ ਪਾਈਏ ਬੜ ਜਟਾਂ ਪਲਾਸੀ, ਜੇ ਸਿਰਫ ਲੰਮੇ ਕੇਸ ਕਰਨ ਨਾਲ ਰੱਬ ਮਿਲ ਜਾਏ। ਮਾਫ ਕਰਨਾ, ਜੇ ਮੈਂ ਆਖਾਂ ਵੀ ਸਿਰਫ ਮੈਂ ਕੇਸ ਲੰਮੇ ਕਰ ਲਏ ਨੇ ਹੁਣ ਮੈਨੂੰ ਰੱਬ, ਜਿਵੇਂ ਤੁਸੀਂ ਜੋਗੀਆਂ ਨੂੰ ਦੇਖਿਆ ਜਟਾਂ ਬਣਾ ਲੈਂਦੇ, ਜੋਗ ਮਤ ਨੂੰ ਜਿਹੜੇ ਸਾਧੂ ਤੁਸੀਂ ਆਮ ਦੇਖੇ ਨੇ, ਬੜੇ ਲੰਮੇ ਲੰਮੇ ਵਾਲ ਉਹਨਾਂ ਦੀਆਂ ਜਟਾਂ ਬਣਾ ਲਈਆਂ।
ਬਾਬਾ ਜੀ ਕਹਿੰਦੇ ਨੇ ਜੇ ਮੈਂ ਵਾਲ ਵਧਾਇਆ ਆਖਿਆ ਵੀ ਮੈਨੂੰ ਰੱਬ ਮਿਲ ਜਾਏ, ਤੇ ਬਾਬਾ ਜੀ ਕਹਿੰਦੇ ਨੇ ਜਿਹੜਾ ਬੜ ਦਾ ਰੁੱਖ ਹੈ ਨਾ, ਬੜ ਦਾ ਰੁੱਖ ਤੁਸੀਂ ਵੇਖਿਆ ਹੋਣਾ, ਪਿੱਪਲ ਦਾ ਰੁੱਖ ਜਿਹੜਾ ਹੁੰਦਾ, ਉਹਦੀਆਂ ਜਦੋਂ ਬਹੁਤ ਲੰਮੇਰੀ ਉਮਰ ਦਾ ਹੋ ਜਾਂਦਾ ਤੇ ਉਹਦੀਆਂ ਜਿਹੜੀਆਂ ਜੜਾਂ ਨੇ ਧਰਤੀ ਨਾਲ ਲੱਗਦੀਆਂ ਨੇ, ਉੱਪਰੋਂ ਉਹਦੀਆਂ ਤਣਿਆਂ ਦੇ ਵਿੱਚੋਂ ਜੜਾਂ ਨਿਕਲਦੀਆਂ ਨੇ, ਤੇ ਬੜਾ ਉੱਚਾ ਰੁੱਖ ਧਰਤੀ ਨਾਲ ਲੱਗਦੀਆਂ ਨੇ। ਬਾਬਾ ਜੀ ਕਹਿੰਦੇ ਨੇ ਫਿਰ ਤੇ ਰੱਬ ਇਸ ਬੜ ਦੇ ਪੇੜ ਨੂੰ ਮਿਲ ਜਾਣਾ ਚਾਹੀਦਾ, ਇਹ ਤੇ ਰੱਬ ਦੇ ਨੇੜੇ ਹੋ ਗਿਆ ਨਾ, ਫਿਰ ਜਿਸ ਢੰਗ ਨਾਲ ਮਿਲਣਾ ਹੈ। ਵਾਲ ਵਧਾਇਆ ਪਾਈਏ ਬੜ ਜਟਾਂ ਪਲਾਸੀ, ਬਾਬਾ ਜੀ ਕਹਿੰਦੇ ਨੇ ਇਹਨਾਂ ਤਰੀਕਿਆਂ ਦੇ ਨਾਲ, ਇਹਨਾਂ ਜੁਗਤਾਂ ਦੇ ਨਾਲ ਨਹੀਂ ਮਿਲਦਾ ਰੱਬ, ਇਹ ਤੇ ਬਾਰਮੁਖੀ ਕਰਮ ਨੇ। ਬਾਬਾ ਜੀ ਕਹਿੰਦੇ ਨੇ ਸਿਰ ਥਪੈਰੀ ਥੱਕਾਂ ਸਿਰ ਜੁਲਾਂ, ਮੇਰੇ ਪੈਰਾਂ ਨਾਲ ਚੱਲਦਾ ਚੱਲਦਾ ਥੱਕ ਜਾਵਾਂ, ਸਿਰ ਦੇ ਭਾਰ ਚੱਲਾਂ। ਪਰ ਪਾਤਸ਼ਾਹ ਕਹਿੰਦੇ ਨੇ ਜੇ ਜੇ ਰੱਬ ਜੀ ਤੂੰ ਮੈਨੂੰ ਇਸ ਢੰਗ ਨਾਲ, ਪਰ ਸਾਹਿਬ ਧੰਨ ਗੁਰੂ ਨਾਨਕ ਨੇ ਤਨ ਨਾ ਤਪਾਏ ਤਨੂਰ ਜਿਉਂ। ਬਾਦਸ਼ਾਹ ਜੀ ਕਹਿੰਦੇ ਨੇ ਸਰੀਰ ਨੂੰ ਤਪਾਉਣ ਦੀ ਜ਼ਰੂਰਤ ਨਹੀਂ, ਸਰੀਰ ਨੂੰ ਦੁੱਖ ਦੇਣ ਦੀ ਜ਼ਰੂਰਤ ਨਹੀਂ, ਬਾਲਣ ਹੱਡ ਨਾ ਬਾਲ, ਆਪਣੀਆਂ ਹੱਡੀਆਂ ਨੂੰ ਬਾਲਣ ਤਰ੍ਹਾਂ ਨਾ ਬਾਲ। ਬਾਬਾ ਜੀ ਕਹਿੰਦੇ ਨੇ ਸਿਰ ਪੈਰੀ ਕਿਆ ਫੇੜਿਆ, ਤੇਰੇ ਸਿਰ ਨੇ ਤੇਰੇ ਪੈਰਾਂ ਨੇ ਤੇਰਾ ਕੀ ਵਿਗਾੜਿਆ। ਰੱਬ ਨੇ ਸਰੀਰ ਨੂੰ ਦੁੱਖ ਦੇਣ ਵਾਸਤੇ ਥੋੜਾ ਸਾਨੂੰ ਸਰੀਰ ਮਿਲਿਆ, ਵੀ ਮੈਂ ਇਹਨੂੰ ਦੁੱਖ ਦੇਵਾਂ ਤੇ ਮੈਨੂੰ ਖਿਆਲ ਕਰਿਓ ਅਸੀਂ ਪਰਮਾਤਮਾ ਨੂੰ ਕੀ ਕਹਿੰਦੇ ਹਾਂ। ਪਰਮਾਤਮਾ ਸਾਡਾ ਮਾਂ ਹੈ, ਪਿਓ ਹੈ, ਇਹ ਸ਼ਬਦ ਵਰਤੇ ਬਾਣੀ ਵਿੱਚ ਸਤਿਗੁਰ ਨੇ ਆਖਿਆ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕਿੰਨੇ ਸ਼ਬਦ ਨੇ ਬਾਣੀ ਦੇ ਅੰਦਰ ਜਿੱਥੇ ਰੱਬ ਨੂੰ ਮਾਂ ਪਿਓ ਦੀ ਸੰਗਿਆ ਦਿੱਤੀ ਹੈ। ਦੁਨੀਆਂ ਦਾ ਕਿਹੜਾ ਪਿਓ ਹੈ, ਜਿਹੜਾ ਕਿਹੜੀ ਮਾਂ ਹੈ ਜਿਹੜਾ ਆਪਣੇ ਪੁੱਤਰ ਨੂੰ ਆਖੇ ਵੀ ਹੁਣ ਸਰੀਰ ਨੂੰ ਦੁੱਖ ਦੇ ਤਾਂ ਮੈਂ ਖੁਸ਼ ਹੋਵਾਂਗਾ। ਕਈ ਭੁੱਖੇ ਰਹਿੰਦੇ ਨੇ, ਵਰਤ ਰੱਖਣਾ ਭੁੱਖੇ ਰਹਿਣਾ, ਠੀਕ ਹੈ ਸਰੀਰ ਲਈ ਕੋਈ ਭੁੱਖਾ ਰਹਿ ਰਿਹਾ ਵੀ ਅੱਜ ਮੈਂ ਨਹੀਂ ਖਾਣਾ, ਇਹਦੇ ਨਾਲ ਮੇਰੇ ਸਰੀਰ ਦਾ ਜਿਹੜਾ ਤੰਤਰ ਹੈ ਸਰੀਰ ਠੀਕ ਰਹੇਗਾ, ਵੱਖਰੀ ਗੱਲ ਹੈ। ਕੋਈ ਇਸ ਕਰਕੇ ਵਰਤ ਰੱਖਦਾ ਵੀ ਵਰਤ ਰੱਖਿਆ ਮੈਨੂੰ ਕੁਝ ਮਿਲੇਗਾ, ਪਾਤਸ਼ਾਹ ਕਹਿੰਦੇ ਨੇ ਬੇਵਕੂਫੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਸਤਿਗੁਰ ਕਹਿੰਦੇ ਨੇ ਇੰਜ ਨਹੀਂ ਰੱਬ ਮਿਲਦਾ, ਇਹਨਾਂ ਤਰੀਕਿਆਂ ਨਾਲ ਨਹੀਂ ਖੁਸ਼ੀ ਮਿਲਦੀ ਪਰਮਾਤਮਾ ਦੀ। ਇਸੇ ਕਰਕੇ ਸਤਿਗੁਰ ਨੇ ਇੱਕ ਬਾਣੀ ਵਿੱਚ ਸ਼ਬਦ ਕਿਹਾ ਤਨ ਨਾ ਤਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ। ਬੜੀਆਂ ਜੁਗਤਾਂ ਨੇ ਸੰਸਾਰ ਵਿੱਚ ਸਰੀਰ ਨੂੰ ਦੁੱਖ ਦੇਣ ਦੀਆਂ ਬੰਦੇ ਕਰਦੇ ਨੇ, ਲਗਾਤਾਰ ਕਰਦੇ ਨੇ, ਔਰ ਸੋਚਦੇ ਨੇ ਸ਼ਾਇਦ ਇਸ ਤਰ੍ਹਾਂ ਮਿਲੇਗਾ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਉਹਦੇ ਅੰਦਰ ਸਤਿਗੁਰ ਨੇ ਨਾ ਚਾਰ ਪੰਜ ਜਿੰਨੇ ਸੰਸਾਰ ਦੇ ਅੰਦਰ ਫਿਰਕੇ ਨੇ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ। ਪਹਿਲਾਂ ਪਾਤਸ਼ਾਹ ਜੀ ਨੇ ਬਚਨ ਕਿਹਾ, ਪਾਤਸ਼ਾਹ ਜੀ ਕਹਿੰਦੇ ਨੇ ਦੇਖੋ ਕੋਈ ਬੰਦਾ ਆਪਣੇ ਸਰੀਰ ਨੂੰ ਆਪਣੇ ਤਨ ਨੂੰ ਜਿਹੜਾ ਰੱਬ ਜੀ ਨੇ ਇਹ ਸਰੀਰ ਦਿੱਤਾ ਹੈ ਇਹਦੇ ਅੰਦਰ, ਬਾਬਾ ਜੀ ਕਹਿੰਦੇ ਨੇ ਹੱਥਾਂ ਨੂੰ ਕਰਪਾਤੀ ਬਣਾ ਲੈ। ਕਰਪਾਤੀ ਦਾ ਮਤਲਬ ਹੁੰਦਾ ਹੈ ਜਿਵੇਂ ਬਰਤਨ ਦੇ ਅੰਦਰ ਭੋਜਨ ਪਾਏਗਾ ਨਾ, ਉਹ ਸਾਰੇ ਪਦਾਰਥਾਂ ਦਾ ਬਰਤਨਾਂ ਦਾ ਤਿਆਗ ਕਰਕੇ ਆਖੇ ਵੀ ਮੈਂ ਇੰਨਾ ਰੱਬੀ ਹੁਕਮ ਵਿੱਚ ਜੀ ਰਿਹਾ ਕਿ ਮੈਂ ਸਾਰੀਆਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਹੈ। ਉਹ ਭੋਜਨ ਵੀ ਖਾਂਦਾ ਤੇ ਆਪਣੇ ਹੱਥ ਤੇ ਰੱਖ ਕੇ ਖਾਂਦਾ, ਉਹ ਇੰਨਾ ਉਪਰਾਮ ਹੋ ਗਿਆ ਸੰਸਾਰ ਦੀਆਂ ਚੀਜ਼ਾਂ ਤੋਂ। ਉਹ ਕਹਿੰਦਾ ਨਾ ਮੈਨੂੰ ਚਮਚ ਚਾਹੀਦਾ, ਨਾ ਕੋਲੀ ਚਾਹੀਦੀ, ਨਾ ਥਾਲੀ ਚਾਹੀਦੀ ਹੈ, ਮੈਂ ਜੋ ਪ੍ਰਸ਼ਾਦਾ ਖਾਣਾ ਮੇਰੇ ਹੱਥ ਤੇ ਰੱਖ ਦਿਓ। ਪਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਇਸ ਢੰਗ ਦੇ ਨਾਲ ਵੀ
ਹੱਥ ਨੂੰ ਕਰਪਾਤੀ ਬਣਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿੰਨੀਆਂ ਜੁਗਤਾਂ ਨੇ ਤਟ ਤੀਰਥ ਸਭ ਧਰਤੀ ਭਰਮਿਓ, ਜੇ ਸਾਰੀ ਧਰਤੀ ਦਾ ਭ੍ਰਮਣ ਕਰ ਲਏ, ਤੀਰਥਾਂ ਤੇ ਜਾ ਕੇ ਰਹਿਣਾ ਸ਼ੁਰੂ ਕਰ ਦੇ, ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੇ ਨਾਹੀ। ਪਾਤਸ਼ਾਹ ਕਹਿੰਦੇ ਨੇ ਤੇਰੇ ਅੰਦਰੋਂ ਦੁਬਦਾ ਗਈ, ਤੇਰੇ ਅੰਦਰ ਦੇ ਭਰਮ ਮੁੱਕੇ, ਤੇਰੇ ਅੰਦਰ ਦੀ ਦੁਚਿੱਤੀ ਖਤਮ ਹੋਈ। ਬੰਦਾ ਕਹਿੰਦਾ ਨਹੀਂ, ਅਸਲ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਚੋੜ ਕੀ ਸੀ? ਗਿਆਨ ਦੇ ਨਾਲ ਜੁੜਨਾ। ਜਿਹਨੂੰ ਗਿਆਨ ਹੋ ਜਾਂਦਾ ਨਾ ਗਿਆਨ, ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੋ। ਬਾਬਾ ਕਬੀਰ ਸਾਹਿਬ ਜੀ 13ਵੀਂ ਸਦੀ ਦੇ ਅੰਦਰ ਜਿਹੜੇ ਬਚਨ ਕਹਿੰਦੇ ਨੇ, ਬਾਬਾ ਫਰੀਦ ਸਾਹਿਬ ਜੀ 11ਵੀਂ ਸਦੀ ਵਿੱਚ ਜਿਹੜੇ ਬਚਨ ਕਹਿੰਦੇ ਨੇ, ਇਹ ਉਹ ਕ੍ਰਾਂਤੀਕਾਰੀ ਨੇ, ਧਰਮ ਸੁਧਾਰਕ ਭਗਤ, ਜਿਨ੍ਹਾਂ ਨੇ ਧਰਮ ਦੇ ਅੰਦਰ ਦੀਆਂ, ਲੋਕਾਂ ਦੇ, ਸਮਾਜ ਦੇ ਅੰਦਰ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ ਇਹਨੇ ਕ੍ਰਾਂਤੀਕਾਰੀ ਬਚਨ ਆਖੇ। ਕਦੀ ਉਹਨਾਂ ਦੇ ਬਚਨ ਪੜ੍ਹੀਏ ਤੇ ਸਹੀ ਕਿਸ ਢੰਗ ਨਾਲ ਉਹ ਖੰਡਨ ਕਰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਜੇ ਮੈਂ ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ। ਮੈਂ ਤੀਰਥਾਂ ਤੇ ਜਾ ਕੇ ਵਸ ਜਾਵਾਂ, ਸਿਰ ਕਰਵਤ ਤਰਾਏ। ਕਰਵਤ ਆਰਾ ਸ਼ਿਵਜੀ ਦਾ ਆਰਾ ਜਿਹੜਾ ਹੁੰਦਾ, ਇਹ ਬੰਦੇ ਕਈ ਨੇ ਅੱਜ ਇਹਨਾਂ ਚੀਜ਼ਾਂ ਤੇ ਬੈਨ ਲੱਗ ਗਿਆ। ਜਦੋਂ ਕੰਸਟੀਟਿਊਸ਼ਨ ਬਣਿਆ ਨਾ ਸਾਡੇ ਦੇਸ਼ ਦਾ, ਸੰਵਿਧਾਨ ਬਣਿਆ, ਇਸ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਸੀ ਸਮਾਜ ਵਿੱਚ ਕੀ ਹੁੰਦਾ ਸੀ? ਲੋਕ ਜਿਵੇਂ ਰੱਥ ਯਾਤਰਾ ਨਿਕਲਦੀ ਸੀ ਨਾ ਜਗਨਨਾਥਪੁਰੀ ਦੇ ਅੰਦਰ, ਜਦੋਂ ਰੱਥ ਯਾਤਰਾ ਨਿਕਲਦੀ ਸੀ, ਲੋਕ ਰੱਥ ਦੇ ਪਹੀਏ ਦੇ ਅੱਗੇ ਲੇਟ ਜਾਂਦੇ ਸੀ। ਪਹੀਆ ਧੋਣ ਤੋਂ ਲੰਘਦਾ ਸੀ, ਬੰਦੇ ਦੀ ਮੌਤ ਹੋ ਜਾਂਦੀ ਸੀ, ਕਹਿੰਦਾ ਇਹ ਬੰਦਾ ਮੁਕਤੀ ਨੂੰ ਪਹੁੰਚ ਗਿਆ, ਇਹਦੀ ਮੁਕਤੀ ਹੋ ਗਈ। ਇਸੇ ਤਰ੍ਹਾਂ ਸਿਰ ਕਰਵਤ ਤਰਾਏ, ਬਨਾਰਸ ਦੇ ਅੰਦਰ ਜਾ ਕੇ ਸ਼ਿਵਜੀ ਦੇ ਆਰੇ ਦੇ ਥੱਲੇ ਸਿਰ ਰੱਖ ਕੇ ਉਪਰੋਂ ਆਰੇ ਨਾਲ ਆਪਣੀ ਸਿਰ ਕਲਮ ਕਰਵਾ ਲੈਣਾ, ਕਹਿੰਦੇ ਸੀ ਬੰਦੇ ਦੀ ਮੁਕਤੀ ਹੋ ਗਈ। ਪਾਤਸ਼ਾਹ ਕਹਿੰਦੇ ਨੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ। ਸਤਿਗੁਰ ਕਹਿੰਦੇ ਨੇ ਤੇਰੇ ਮਨ ਦੀ ਮੈਲ ਤੇ ਦੂਰ ਹੋਈ ਨਹੀਂ, ਮਨ ਤੇ ਅਜੇ ਵੀ ਮੈਲ ਹੈ। ਗ੍ਰਹਿ ਤਜ ਬਨਖੰਡ ਜਾਈਏ ਚੁਨ ਖਾਈਏ ਕੰਦਾ, ਅਜੋ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ। ਸਤਿਗੁਰ ਕਹਿੰਦੇ ਨੇ ਮਨ ਤੇ ਅਜੇ ਵੀ ਵਿਕਾਰ ਛੱਡਣ ਨੂੰ ਤਿਆਰ ਨਹੀਂ, ਇੰਨੇ ਪ੍ਰਪੰਚ ਕਰਨ ਤੋਂ ਬਾਅਦ ਵੀ ਫਿਰ ਕੀ ਲਾਭ ਹੈ? ਸਤਿਗੁਰ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ, ਤੂੰ ਕਰਨਾ ਕਿ ਤੂੰ ਗਿਆਨ ਨਾਲ ਜੁੜਨਾ। ਅੱਜ ਸਾਡੇ ਵਿੱਚੋਂ ਵੀ ਕਈ ਐਸੇ ਨੇ ਜਿਹੜੇ ਕਹਿੰਦੇ ਨੇ ਵੀ ਨਹੀਂ, ਮੈਂ ਇੰਨੇ ਦਿਨ ਗੁਰਦੁਆਰੇ ਆਵਾਂ ਤੇ ਮੈਨੂੰ ਆਹ ਮਿਲ ਜਾਏ। 40 ਦਿਨ ਦੀ ਤੇ ਆਮ ਇੱਕ ਮਨੋਤ ਬਣੀ ਹੋਈ ਹੈ ਨਾ, ਚਲੀ ਆ ਜਿਹਨੂੰ ਕਹਿੰਦੇ ਨੇ ਵੀ 40 ਦਿਨ। ਸਿਆਣਿਆਂ ਨੇ ਇੱਕ ਜੁਗਤ ਬਣਾਈ ਸੀ, ਧਿਆਨ ਦੇਣਾ ਸਿਆਣਿਆਂ ਨੇ। ਉਹਨਾਂ ਨੇ ਆਖਿਆ ਵੀ, ਕਿਸੇ ਨੇ ਆਖਿਆ ਵੀ ਮੈਨੂੰ ਆਹ ਚੀਜ਼ ਨਾ, ਮੈਂ ਚਾਹੁੰਦਾ ਮੈਨੂੰ ਪਰਮਾਤਮਾ ਕੋਲੋਂ ਰੱਬ ਕੋਲੋਂ ਮਿਲ ਜਾਏ। ਹੁਣ ਉਹਨੇ ਸਮਝਾਉਣਾ ਤੇ ਸੀ ਵੀ ਰੋਜ਼ ਜਾਇਆ ਕਰ। ਉਹ ਕਹਿੰਦਾ ਰੋਜ਼ ਮੇਰੇ ਕੋਲੋਂ ਸਮਾਂ ਨਹੀਂ, ਰੋਜ਼ ਜਾਵਾਂ। ਉਹਨਾਂ ਨੇ ਆਖਿਆ ਵੀ ਚੱਲ ਇਸ ਕਰੀ, ਰੋਜ਼ ਸਮਾਂ ਨਹੀਂ ਨਾ, 21 ਦਿਨ ਜਾਈ ਜਾਂ 40 ਦਿਨ ਜਾਈ। ਉਹਦਾ ਕਹਿਣ ਦਾ ਮਤਲਬ ਇਹ ਸੀ ਵੀ 21 ਦਿਨ ਜਾਂ 40 ਦਿਨ ਜਾਏਗਾ, ਇਹ ਹੈਬਿਚੁਅਲ ਹੋ ਜਾਏਗਾ ਥੋੜ੍ਹਾ ਥੋੜ੍ਹਾ, ਵੀ ਜਿਹੜਾ 21 ਦਿਨ ਗਿਆ 22ਵੇਂ ਦਿਨ ਆਪਣੇ ਆਪ ਉਹਦਾ ਮਨ ਕਰੇਗਾ ਵੀ ਕੱਲ ਵੀ ਗਿਆ ਸੱਜ ਵੀ ਜਾਵਾਂ। ਜਿਹੜਾ 40 ਦਿਨ ਗਿਆ ਉਹਦਾ ਮਨ ਕਰੇਗਾ ਵੀ ਨਹੀਂ 40 ਦਿਨ ਹਾਜ਼ਰੀ ਭਰੀ, ਕਿਉਂ ਨਾ ਆਪਾਂ ਰੋਜ਼ ਜਾਇਆ ਕਰੀਏ। ਪਰ ਅਸੀਂ ਚੀਜ਼ ਤੇ ਰੁਕ ਗਏ, ਸੰਗਤ ਚੁਆਣਾ ਬੰਦ ਕਰਤਾ। 40 ਦਿਨ ਬਾਅਦ ਗੱਲ ਖਤਮ ਹੋ ਗਈ, ਅਰਦਾਸ ਹੋ ਗਈ ਗੁਰੂ ਚਰਨਾਂ ਚ, ਬਸ ਅੱਜ ਤੋਂ ਬਾਅਦ ਅਗਲੇ ਦਿਨ ਫਿਰ ਬੰਦਾ ਉਦੋਂ ਤੱਕ ਮੂੰਹ ਹੀ ਨਹੀਂ ਦਿਖਾਉਂਦਾ ਜਦੋਂ ਤੱਕ ਅਗਲੀ ਮੰਗ ਨਾ ਹੋਵੇ।
ਭਾਵੇਂ ਉਹ 6 ਮਹੀਨੇ ਲੰਘ ਜਾਣ, ਸਾਲ ਲੰਘ ਜਾਣ, ਫਿਰ ਕਹਿੰਦਾ ਨਹੀਂ ਹੁਣ ਜਦੋਂ ਦੂਜੀ ਚੀਜ਼ ਮੰਗਣੀ ਹੋਏਗੀ ਫਿਰ 40 ਦਿਨ ਆ ਜਾਣਗੇ। ਸਤਿਗੁਰ ਇਹੀ ਗੱਲਾਂ ਦਾ ਭਰਮਾਂ ਦਾ ਖੰਡਨ ਕਰਦੇ ਨੇ। ਬਾਣੀ ਸਾਹਿਬ ਕਹਿੰਦੇ ਨੇ ਨਹੀਂ ਸੰਗਤ, ਕਦੀ ਐਸਾ ਥੋੜਾ ਹੁੰਦਾ ਬੰਦਾ ਬੱਚਾ 20 ਦਿਨ ਸਕੂਲ ਜਾਏ, 40 ਦਿਨ ਸਕੂਲ ਜਾਏ ਤੇ ਆ ਕੇ ਬਸ ਹੁਣ ਗੱਲ ਖਤਮ ਹੈ। ਇਹ ਸਤਿਗੁਰ ਨੇ ਇੰਸਟੀਟਿਊਟ ਬਣਾਇਆ ਹੈ ਗਿਆਨ ਦਾ, ਇਹ ਇਹ ਧਰਮਸ਼ਾਲ ਹੈ, ਮੈਂ ਬੱਧੀ ਸੱਚ ਧਰਮਸ਼ਾਲ ਹੈ। ਗੁਰਦੁਆਰਾ ਜਿਹੜਾ ਹੈ ਇਹ ਇਹ ਮੰਦਿਰ ਦੀ ਤਰ੍ਹਾਂ, ਮਸਜਿਦ ਦੀ ਤਰ੍ਹਾਂ ਕੋਈ ਰਿਲੀਜੀਅਸ ਪਲੇਸ ਨਹੀਂ ਹੈ। ਇਹ ਤੇ ਸਤਿਗੁਰ ਨੇ ਇੱਕ ਥਾਂ ਬਣਾਈ ਸੀ ਧਰਮਸ਼ਾਲ, ਜਿੱਥੇ ਅਸੀਂ ਧਰਮ ਸਿੱਖਣਾ ਹੈ। ਇਹ ਸਕੂਲ ਹੈ ਸਿੱਖੀ ਦਾ, ਪਰ ਅਸੀਂ ਇਸ ਸਕੂਲ ਦੇ ਅੰਦਰ ਅਸੀਂ ਵੀ ਉਹੀ ਮਨੋਤਾ ਬਣਾ ਲਈਆਂ ਜੋ ਦੂਜਿਆਂ ਵੱਲ ਵੇਖ ਵੇਖ ਕੇ, ਅਸੀਂ ਵੀ ਇਸ ਸਕੂਲ ਵਿੱਚ ਆਉਣਾ ਛੱਡ ਦਿੱਤਾ, ਅਸੀਂ ਵੀ ਚੀਜ਼ਾਂ ਬਣਾ ਲਈਆਂ ਵੀ ਨਹੀਂ ਇੰਨੇ ਦਿਨ ਆਵਾਂਗਾ, ਇਸ ਤੋਂ ਵੱਧ ਕੇ ਨਹੀਂ। ਫਿਰ ਕਈ ਨੰਗੇ ਪੈਰੀ ਆਣਗੇ ਘਰੋਂ ਚੱਲ ਕੇ ਵੀ ਸ਼ਾਇਦ ਇਸ ਤਰ੍ਹਾਂ ਰੱਬ ਖੁਸ਼ ਹੋ ਜਾਏ। ਸਤਿਗੁਰ ਕਹਿੰਦੇ ਨੇ ਨਹੀਂ, ਇਹਨਾਂ ਜੁਗਤਾਂ ਨਾਲ ਨਹੀਂ ਕੁਝ ਬੰਨਾ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਉਹ ਜਿਹੜਾ ਪਿਰ ਪਰਮਾਤਮਾ ਤੇਰੇ ਅੰਦਰ ਹੈ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਸੰਭਾਲ ਕਰ, ਤੇਰੇ ਅੰਦਰ ਆਪਣੇ ਅੰਤਰਾਤਮੇ ਉਹਨੂੰ ਵੇਖ, ਉਹ ਤੇਰੇ ਅੰਦਰ ਹੀ ਬੈਠਾ ਹੋਇਆ ਜਿਹੜਾ ਤੈਨੂੰ ਵਾਰ ਵਾਰ ਹਲੂਣਦਾ ਨਾ, ਜਦੋਂ ਤੂੰ ਮਾੜਾ ਕਰਮ ਮੰਦਾ ਕਰਮ ਕਰਨਾ ਤੇ ਤੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਨਾ ਵੀ ਨਹੀਂ, ਧਿਆਨ ਦੇਣਾ, ਚੋਰ ਭਾਵੇਂ ਕਿੰਨਾ ਵੀ ਪੱਕਾ ਚੋਰ ਹੋਵੇ, ਜਦੋਂ ਚੋਰੀ ਕਰਨ ਵਈ ਉਹਦਾ ਹੱਥ ਵੱਧਦਾ ਹੈ ਨਾ, ਉਹਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੀ ਆਉਂਦੀ ਹੈ। ਜੇ ਉਸ ਆਵਾਜ਼ ਨੂੰ ਪਛਾਣ ਲਏ ਉਹ ਹੱਥ ਪਿੱਛੇ ਕਰ ਲੈਂਦਾ, ਜੇ ਨਹੀਂ ਪਛਾਣੇਗਾ ਫਿਰ ਉਹਦਾ ਹੱਥ ਅੱਗੇ ਚਲਾ ਜਾਂਦਾ। ਉਹ ਜਿਹੜੀ ਆਵਾਜ਼ ਹੈ ਨਾ, ਉਹ ਆਵਾਜ਼ ਪਰਮਾਤਮਾ ਦੀ, ਉਹਨੂੰ ਪਛਾਨਣਾ, ਉਹਨੂੰ ਵੇਖਣਾ, ਇਹਨੂੰ ਸਾਹਿਬ ਕਹਿੰਦੇ ਨੇ ਅੰਦਰ ਪਿਰੀ ਸੰਭਾਲ। ਸਾਹਿਬ ਕਹਿੰਦੇ ਨੇ ਤੇਰੇ ਅੰਦਰ ਹੈ, ਉਹਦੀ ਸੰਭਾਲ ਕਰ, ਸਰੀਰ ਨੂੰ ਦੁੱਖ ਨਾ ਦੇ, ਸਰੀਰ ਨੂੰ ਦੁੱਖ ਦੇ ਕੁਛ ਨਹੀਂ ਮਿਲਣਾ, ਸਭਨੀ ਘੱਟੀ ਸ਼ੋ ਵਸੈ, ਪਰਮਾਤਮਾ ਸਾਰੀਆਂ ਥਾਵਾਂ ਤੇ ਵਸਦਾ, ਸ਼ਹ ਬਿਨ ਘੱਟ ਨਾ ਕੋਈ, ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਜਿੱਥੇ ਬੈਠ ਕੇ ਅਸੀਂ ਮੰਦਾ ਕਰਮ ਕਮਾ ਰਹੇ ਹਾਂ, ਅਸੀਂ ਸੋਚ ਰਹੇ ਹਾਂ ਜੇ ਇੱਥੇ ਨਹੀਂ ਹੈ ਤੇ ਸਤਿਗੁਰ ਕਹਿੰਦੇ ਨੇ ਉੱਥੇ ਵੀ ਹੈ। ਸਭਨੀ ਕੱਟੀ ਸ਼ਬ ਵਸੈ, ਸ਼ਬ ਬਿਨ ਕੱਟ ਨਾ ਕੋਈ, ਨਾਨਕ ਤੇ ਸੁਹਾਗਣੀ ਹੈ। ਨਾਨਕ ਜੀ ਉਹ ਜੀਵ ਇਸਤਰੀ ਸੁਹਾਗ ਵਾਲੀ ਏ, ਉਹ ਰੱਬ ਨਾਲ ਜੁੜੀ ਹੋਈ ਏ, ਜਿਨ੍ਹਾਂ ਗੁਰਮੁਖ ਪ੍ਰਗਟ ਹੋਏ, ਜਿਨ੍ਹਾਂ ਦੇ ਅੰਦਰ ਗੁਰੂ ਨਾਲ ਜੁੜ ਕੇ ਪਰਮਾਤਮਾ ਪ੍ਰਗਟ ਹੋ ਗਏ। ਆਪਾਂ ਇੱਥੇ ਬੈਠੇ ਹਾਂ ਪ੍ਰਗਟ ਕਰਨ ਦੇ ਲਈ। ਪ੍ਰਗਟ ਕਰਨਾ ਕੀ ਹੈ? ਗਿਆਨ ਨਾਲ ਜੁੜ ਜਾਣਾ। ਜਿਨ੍ਹਾਂ ਦੇ ਅੰਦਰ ਉਹ ਪ੍ਰਗਟ ਹੋਇਆ ਨਾ, ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛਿਆ ਤੁਹਾਡੇ ਅੰਦਰ ਉਹ ਭਰਮ ਕਿਵੇਂ ਗਏ, ਤੇ ਬਾਬਾ ਨੇ ਕਿਹਾ ਦੇਖੋ ਭਾਈ ਗਿਆਨ ਕੀ ਆਈ ਆਂਦੀ। ਬਾਬਾ ਜੀ ਕਹਿੰਦੇ ਨੇ ਮੇਰੇ ਅੰਦਰ ਗਿਆਨ ਦੀ ਹਨੇਰੀ ਆ ਗਈ। ਤੇ ਦੇਖੋ ਜਦੋਂ ਹਨੇਰੀ ਆਉਂਦੀ ਕੀ ਹੁੰਦਾ ਹੈ? ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਹਵਾ ਨਾਲ ਉੱਡ ਜਾਂਦੀਆਂ ਨੇ। ਬਾਬਾ ਜੀ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ। ਜਿਹੜੀਆਂ ਭਰਮ ਦੀਆਂ ਦੀਵਾਰਾਂ ਸੀ ਇਸ ਹਨੇਰੀ ਨੇ ਤੋੜ ਦਿੱਤੀਆਂ। ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬੰਦੀ। ਜਿਹੜੀ ਮਾਇਆ ਨੇ ਮੈਨੂੰ ਬੰਨ ਕੇ ਰੱਖਿਆ ਹੋਇਆ ਸੀ, ਮੇਰੀ ਇਸ ਹਨੇਰੀ ਨੇ ਉਹ ਬਾਹਾਂ ਤੋੜ ਦਿੱਤੀਆਂ। ਰਹਿ ਨਾ ਮਾਇਆ ਬੰਦੀ, ਦੂਚੀ ਤੇ ਕੀ ਦੋਏ ਥੂਣ ਗਿਰਾਨੀ। ਜਿਹੜੀਆਂ ਦੂਚੀ ਦੀਆਂ ਦੀਵਾਰਾਂ ਸੀ ਟੁੱਟ ਗਈਆਂ, ਮੋਹ ਬਲੇਂਡਾ ਟੁੱਟਾ। ਮੋਹ ਦਾ ਜਿਹੜਾ ਉੱਪਰ ਥੰਮੀ ਸੀ, ਬਲੇਂਡਾ ਸੀ, ਗਾਰਡਰ ਸੀ, ਟੁੱਟ ਗਿਆ। ਬਾਬਾ ਜੀ ਕਹਿੰਦੇ ਨੇ ਮੋਹ ਬਲੇਂਡਾ ਟੁੱਟਾ, ਹੋਇਆ ਕੀ? ਉਹ ਜਿਹੜੀਆਂ ਜਿਹੜੀ ਇਹ ਦੀਵਾਰ ਖੜੀ ਕੀਤੀ ਸੀ, ਘਰ ਖੜਾ ਕੀਤਾ ਸੀ ਝੂਠ ਦਾ, ਬਾਬਾ ਜੀ ਕਹਿੰਦੇ ਨੇ ਇਸ ਹਨੇਰੀ ਨੇ ਤੋੜ ਦਿੱਤਾ। ਹੁਣ ਕੀ ਹੋਇਆ? ਆਂਦੀ ਪਾਛੈ ਜੋ ਜਲ ਬਰਖੈ,
ਪਹਿਲੋਂ ਬੰਦਾ ਇਹਨਾਂ ਦੀ ਓਟ ਵਿੱਚ ਰਹਿੰਦਾ ਸੀ, ਹੁਣ ਸਾਹਿਬ ਕਹਿੰਦੇ ਨੇ ਤੇਰੇ ਨਾਮ ਦਾ ਜਦੋਂ ਮੀਂਹ ਪੈਂਦਾ ਨਾ ਮੈਂ ਉਹਦੇ ਵਿੱਚ ਭਿੱਜਦਾ ਰਹਿੰਦਾ, ਹੁਣ ਮੈਂ ਕਦੀ ਦੂਰ ਨਹੀਂ ਹੁੰਦਾ। ਪਰ ਇਹਦੇ ਲਈ ਹੈ ਗਿਆਨ। ਗਿਆਨ ਕੀ ਹੈ? ਗੁਰਕੁੰਭੈ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ। ਸਾਹਿਬ ਕਹਿੰਦੇ ਨੇ ਮਨ ਨੂੰ ਬੰਨਣ ਦਾ ਇੱਕੋ ਹੀ ਤਰੀਕਾ ਹੈ ਗਿਆਨ, ਹੋਰ ਕੋਈ ਤਰੀਕਾ ਨਹੀਂ ਮਨ ਨੂੰ ਬੰਨਣ ਦਾ। ਬੰਦਾ ਸਾਰੀ ਜ਼ਿੰਦਗੀ ਭੁਲੇਖੇ ਵਿੱਚ ਰਵੇ, ਜਿਦਨ ਉਹਨੂੰ ਗਿਆਨ ਹੁੰਦਾ ਉਦਨ ਪਛਤਾਵਾ ਆਉਂਦਾ। ਕਹਿੰਦਾ ਮੈਂ ਸਾਰੀ ਜ਼ਿੰਦਗੀ ਭਰਮ ਵਿੱਚ ਭੁਲੇਖੇ ਵਿੱਚ ਰਿਹਾ, ਇੰਨਾ ਸੌਖਾ ਸੀ। ਸਤਿਗੁਰ ਕਹਿੰਦੇ ਨੇ ਹਾਂ ਇਤਨਾ ਸੌਖਾ ਹੈ, ਪਰ ਇਸ ਸੌਖ ਨੂੰ ਬਣਾਉਣ ਦੇ ਲਈ ਤੈਨੂੰ ਆਪਣੇ ਅੰਦਰ ਉਸ ਰੂਪ ਨੂੰ ਵੇਖਣਾ ਪੈਣਾ। ਸਾਹਿਬ ਤਾਂ ਹੀ ਕਹਿੰਦੇ ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਨਾਨਕ ਜੀ ਉਹ ਜੀਵ ਇਸਤਰੀ ਸੁਹਾਗਣ ਹੈ, ਰੱਬ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੇ ਆਪਣੇ ਅੰਦਰੋਂ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਗਟ ਕਰ ਲਿਆ। ਸਤਿਗੁਰ ਕਿਰਪਾ ਕਰਨ। ਧੰਨ ਗੁਰੂ ਨਾਨਕ ਬਾਬਾ ਜੀ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚ।